مستجاب فرما، بانیان دی توفیقات کو اضافہ فرما، حاضرین مجلس دیاں پریشانیاں دور فرما، ولایہ علی اور حبے آل بیت قائم و دائم فرما، ولی الامر دا ظہور فرما، ہدیہ صلوات ہاں بھائی اتنا وقت ہی نہیں، صلوات پڑھو تو سارے پڑھو تو ایک دفعہ پڑھو تو سارے اپنے اپنے مرحومین نو یاد کرو، ایک صلوات انہاں دے سر واسطے کرو بسم اللہ الرحمن الرحیم انا للہ و انا الیہ راجعون۔ آج دا دن ایسا دن ہے کہ جتنا رویا جائے اتنا تھوڑا ہے۔ آج سب نو رون والی جیڑی ہے میت شام دے بار ہوتی ہے، ایک سجاد تے ایک باقر۔ والی دی جی تیری قسمت، آدم تو لے کے آج تک جڑی دھی یتیم ہوئے یا جس بہن دا بھرا قتل ہو جائے انہوں دلاسی دیتا گیا ہے، ہمدردی کیتی گئی ہے۔ کائنات ایک واحد علی دی دھی ہے جدے بھرا مارے گئے نسل مک گئی تے بجائے ہمدردی دے وہ گھر نو لٹیا گیا ہے، وہ گھر نو بھا لائی گئی ہے، وہ ہاتھ گردن دے نال کتنے پرسکون ساڑیاں مسرورات بیٹھی ہیں۔ ذرا اتنا ہی سوچو، صرف اتنا سوچو، ایک مزدور نو اتھو اٹھ کے اس مجمع دے وچوں گزرنا پہ جائے، ان مارے بھی کوئی نہ، او دا برقع بھی ہوئے تے پھر بھی وہ کتنا محسوس کرے گی۔ قسم پیدا کرنا دی سوا لکھ بے غیرت آئی جس جو ننگے سر علی کوئی جرم کوئی قصور جی پنج تن پاک نو کون نہیں منتا بھائی، پنج تن پاک نو مندے ہو تے پھر اج اپنے گھران کیوں بیٹھے ہو؟ جتھے تعلق ہوے اتھے بندے جنازے چ شرکت کرتے تے کیا رسول دی دھی نہیں اج دنیا تو ٹر؟ ایک بچی سی ساڈے صوبہ سرحد دی ملالا، اس سے پچھے چار سال پہلے حملہ ہویا سی، اس نے یاد ہے کہ نہیں یار؟ وہ ہن آئی ہے دورہ پاکستان، بڑے ٹی وی جو دے پروگرام بھی چلے نے اخباراں بھی چلے نے۔ اس کے والد کا نام یوسف پٹھان، وہ بچی سکول جا رہی سی تے دہشت گردہ اس پہ حملہ کیتا، وہ زخمی ہو گئی، امریکہ دی تیاری اس نو لے گئے، اس نو نوبل انعام ملیا، وہ دا باپ ارب پتی ہو گیا، اتنی دنیا نے اس کی مدد کی تھی تے جی قیامت والے دن اللہ دے رسول پوچھ لیا بھائی یوسف پٹھان دی دھی زخمی ہوئی تے ساری دنیا آ گئی، چٹے چانن میری دھی مری لی رہی تے گھر تے نبی دا اجڑیا کوئی ساڈا تے نہیں اجڑیا، کوئی گھر شیعاں دا تے نہیں اجڑیا نا، گھر تے نبی تے علی دا اجڑیا۔ بھائی مزدور ہوئے نہ مزدور، مزدور ہوئے
ਹੁਣ ਮੈਨੂੰ ਤਾਂ ਨਹੀਂ ਪਤਾ ਤੁਹਾਡੇ ਮੁਲਤਾਨ ਵਿੱਚ ਮਜ਼ਦੂਰ ਦੀ ਦਿਹਾੜੀ ਕੀ ਹੈ, ਤਕਰੀਬਨ 500 ਹੋਏਗੀ, ਹੱਦ 600 ਹੋਏ। 500-600 ਮਜ਼ਦੂਰੀ ਕਰਦਾ ਭਾਈ ਮਰ ਜਾਏ, ਉਹਦੀ ਭੈਣ ਵਹਿਣ ਕਰਦੀ ਹੈ, ਹਾਇਓ ਮੇਰਾ ਨਵਾਬ ਵੀ, ਹਾਇਓ ਮੇਰਾ ਬਾਦਸ਼ਾਹ ਵੀ, ਹਾਇਓ ਮੇਰਾ ਸਰਦਾਰ ਵੀ। ਮੈਨ ਕਸਮ ਏ ਹਜ਼ਰਤ ਅੱਬਾਸ ਦੀਆਂ ਕੱਟੀਆਂ ਬਾਜ਼ੂਆਂ ਦੀ, ਸਾਹਿਬੇ ਰੌਜ਼ਾ ਤੋਂ ਸ਼ੌਦਾ ਲਿਖਦੇ ਨੇ, ਜਦਨ ਜਨਾਬੇ ਜ਼ੈਨਬ ਹੁਸੈਨ ਦੀ ਲਾਸ਼ ਵੇਖੀ ਹੈ, ਬੇਸਖਤਾ ਮੂੰਹ 'ਚ ਨਿਕਲਿਆ ਹੈ, ਹਾਇਓ ਮੇਰਾ ਗਰੀਬ ਵੀ, ਹਾਇਓ ਮੇਰਾ ਮਜ਼ਲੂਮ ਵੀ, ਹਾਇਓ ਮੇਰਾ ਮੁਸਾਫਿਰ ਵੀ, ਹਾਇਓ ਮੇਰਾ ਪਰਦੇਸੀ। ਇਤਨਾ ਹੀ ਹੋਰ ਪੜ੍ਹਨਾ। ਅੱਲਾ ਬਾਣੀ ਮਜਲਿਸ ਨੂੰ ਇਸ ਤੋਂ ਜ਼ਿਆਦਾ ਤੋਫੀਕ ਅਤਾ ਫਰਮਾਏ। ਬਹੁਤ ਬੜਾ ਵੱਡਾ ਦਿਨ ਰੱਖਿਆ ਸੂ, ਬਸ ਬੀਬੀ ਉਮਲ ਮਸਾਹਿਬ ਦਾ ਦਿਨ ਰੱਖਣਾ ਇੱਕ ਛੋਟੀ ਜਿਹੀ ਸਾਦਤ ਨਹੀਂ, ਬਹੁਤ ਬੜੀ ਸਾਦਤ ਹੈ। ਅਤੇ ਖੁਦਾ ਬੰਦੇ ਆਲਮ ਜਿਹੜੇ ਸ਼ਾਮਿਲ ਹੋਏ ਉਹ ਤੁਹਾਡੀਆਂ ਪਰੇਸ਼ਾਨੀਆਂ ਦੂਰ ਫਰਮਾਏ। ਕੀ ਆਖਿਆ ਪਾਕ ਬੀਬੀ ਨੇ ਬੇਰਾ ਦੀ ਲਾਸ਼ 'ਤੇ, ਹਾਇਓ ਮੇਰਾ, ਬੋਲੋ ਤੇ ਸਹੀ। ਹੁਣ ਸ਼ਾਇਦ ਕੋਈ ਬੰਦਾ ਸਾਰੇ ਦਿਨ ਦਾ ਥੱਕਾ ਹੈ, ਉਹਦੀ ਸਮਝ 'ਚ ਬਾਤ ਨਹੀਂ ਆ ਰਹੀ, ਵਰਨਾ ਇੱਥੇ ਤੁਹਾਨੂੰ ਕਿਆਮਤ ਆ ਜਾਣੀ ਚਾਹੀਦੀ ਹੈ। ਮਸਾਹਿਬ ਜੀ ਦੁਨ ਕਸਮ ਹੈ ਆਪਣੀ ਮਾਂ ਦੀ ਪਾਕ ਥਾਂ ਦੀ, ਜਿਹਦੇ ਕੱਪੜੇ ਜੰਨਤ 'ਚੋਂ ਆਏ ਆਣ, ਉਹ ਗਰੀਬ ਆਈ ਕਿ ਨਵਾਬ ਆਈ, ਉਹਦੇ ਨਾਲ ਵੱਡਾ ਨਵਾਬ ਕੌਣ ਆਏ। ਜਿਹਦੀ ਸਵਾਰੀ ਮੋਹਰੇ ਨਬੂਤ ਬਣੀ, ਜਿਹਦਾ ਝੂਲਾ ਜਬਰੀਲ ਝੁਲਾਇਆ। ਇੱਕ ਬੰਦਾ ਇੱਥੋਂ ਬੋਲੇਗਾ, ਇੱਕ ਇੱਥੋਂ ਬੋਲੇਗਾ, ਇੱਕ ਇੱਥੋਂ, ਤ੍ਰੈ ਬੰਦੇ ਤੁਸੀਂ ਬੋਲੋਗੇ, ਮੈਂ ਸਵਾਲ ਕਰਾਂਗਾ। ਗਰੀਬ ਦਾ ਵੀ ਜਿਸ ਜਨਾਜ਼ਾ ਚਾਹੋ, ਗਰੀਬ ਦਾ ਵੀ, ਉੱਤੇ ਕੀ ਸੜਦੇ ਹੋ ਜੀ? ਬੋਲੋ ਜੀ, ਤੁਸੀਂ ਬੋਲੋ ਜੀ, ਤੁਸੀਂ ਬੋਲੋ। ਆਦਮ ਤੋਂ ਲੈ ਕੇ ਅੱਜ ਤੱਕ ਜਿਸ ਗਰੀਬ ਦਾ ਵੀ ਜਨਾਜ਼ਾ ਉੱਥੇ, ਲੋਕ ਉੱਥੇ ਫੁੱਲ ਸੜਦੇ ਨੇ। ਇੱਕ ਵਾਹਿਦ ਹੁਸੈਨ ਹੈ ਜਿਹਦੇ ਜਨਾਜ਼ੇ 'ਤੇ ਘੋੜੇ ਦੌੜਾਏ ਗਏ ਨੇ, ਜਿਹਦੇ ਜਨਾਜ਼ੇ 'ਤੇ ਪੱਥਰ ਬਰਸਾਏ ਗਏ ਨੇ, ਜਿਹਦੇ ਜਨਾਜ਼ੇ 'ਤੇ ਤੀਰ ਬਰਸਾਏ ਗਏ ਨੇ। ਕਿਆ ਰਸੂਲ ਦਾ ਪੁੱਤਰ ਨਾ ਹੀ? ਉੱਠੀ ਨਹੀਂ, ਉਠਾਈ ਗਈ, ਟੁਰੀ ਨਹੀਂ, ਟੁਰਾਈ ਗਈ। ਛੋੜੋ ਸ਼ੀਆ ਕੁਤਬ ਦਾ ਹਵਾਲਾ ਹੀ ਨਹੀਂ ਦਿੰਦੇ, ਹਲੇ ਸੁਨਤ ਕੁਤਬ ਦਾ ਹਵਾਲਾ ਦਿੰਦੇ ਹਾਂ। ਸਾਹਿਬ ਰੌਜ਼ਾ ਤੋਂ ਸ਼ੌਦਾ ਹਲੇ ਸੁਨਤ ਦੀ ਕਿਤਾਬ ਹੈ, ਇਲਾਮਾ ਲਿਖਦੇ ਨੇ, ਜਦਣ ਆਈ ਆਈ ਲਿਬਾਸ ਦਾ ਰੰਗ ਹੋਰ ਆਈ, ਅਤੇ ਜਦਣ ਟੁਰੀ ਹੈ ਲਿਬਾਸ ਦਾ ਰੰਗ। ਭੈਣ ਬੇਰੇ ਦਾ ਬੇਰਾ ਬੇਕਫਨ, ਇੱਕ ਵੈਣ ਕੀਤਾ ਹੈ ਜਿਹੜਾ ਬਦਾਇਆ ਵੱਲ ਨਹਾਇਆ ਦੀ 6ਵੀਂ ਜਿਲਦ 'ਚ ਲਿਖਿਆ ਹੈ। ਇਹ ਅਲ ਬਦਾਇਆ ਵੱਲ ਨਹਾਇਆ ਅਹਿਲੇ ਹਦੀਸ ਦੀ ਸਭ ਤੋਂ ਚੋਟੀ ਦੀ ਤਾਰੀਖ ਦੀ ਕਿਤਾਬ ਹੈ। ਉਹਦੇ 'ਚ ਇਹ ਨਾ ਹੋਵੇ ਮੇਰਾ ਕਤਲ ਵਾਜਬ ਹੈ ਕਿ ਜਿਸ ਵੈਣ ਬੇਰਾ ਦੀ ਲਾਸ਼ ਦਿੱਠੀ ਹੈ। ਫਰਮਾਇਆ ਯਾ ਜੱਦਾ ਹੋ ਸੱਲਾ ਅਲੈ ਕੱਲਾ ਵ ਬਨਾਇਆ ਅਤੇ ਕਸਬਾਇਆ, ਨਾਨਾ ਇੱਕ ਵਾਰੀ ਮਦੀਨਾ ਛੱਡ ਕੇ ਕਰਬਲਾ ਕੇ ਵੇਖ, ਓ ਹੁਸੈਨੀ ਅਤੇ ਮੈਂ ਜ਼ੈਨਾ। ਉਹ ਤੇਰਾ ਹੁਸੈਨ ਹੈ, ਮੈਂ ਇਤਨਾ ਹੀ ਪੜ੍ਹਨਾ ਜੀ, ਪੜ੍ਹਾਂ ਸਵੇਰ ਤੱਕ ਪੜ੍ਹਾਂ, ਕੋਈ ਰੋਕ ਨਹੀਂ ਸਕਦਾ। ਬਾਅਦ ਚੋਂ ਹੀ ਅਜ਼ੀਜ਼ ਏ ਮੌਲਾ ਜ਼ਿੰਦਗੀ ਕਰੋ ਉਸ ਪੜ੍ਹਨਾ, ਬਾਬੇ ਦਰਗਾਮ ਸ਼ਰਮ ਪੜ੍ਹਨਾ, ਕੋਈ ਨਹੀਂ ਜ਼ਾਕਰੀ ਤਾਂ ਕੋਈ ਨਹੀਂ ਮਨਾਉਣੀ ਹੈ ਟਾਈਮ, ਕੋਈ ਜ਼ਾਕਰੀ ਮਨਾਉਣ ਦਾ ਤਾਂ ਨਹੀਂ, ਹਾਜ਼ਰੀ ਦਾ ਟਾਈਮ ਹੈ। ਆਮਰ ਵੀ ਪੁੱਤਰ ਹੈ, ਉਹਨੇ ਕਿਹਾ ਆਉਣਾ ਹੈ, ਅਸੀਂ ਆ ਗਏ, ਬਾਤ ਖਤਮ ਹੋ ਗਈ। ਸਵਾਲ ਦਾ ਜਵਾਬ ਦਿਓ ਤਾਂ ਮੈਂ ਵੈਣ ਕਰਾਂ। ਜਿਤਨਾ ਕਾਇਨਾਤ ਦੀ ਜਿਤਨੀ ਵੀ ਭੈਣ ਗਰੀਬ ਹੋਵੇ ਮਰ ਜਾਏਗੀ, ਮਗਰ ਬੇਰਾ ਦੇ ਕਾਤਲ ਨਾਲ ਨਹੀਂ ਹੋਵੇ। ਉਹਨੂੰ ਸਾਰੀ ਦੁਨੀਆ ਦੀ ਦੌਲਤ ਲਿਖ ਕੇ ਦੇ ਦਿਓ ਨਾ, ਮਹੱਲਾ ਛੋੜ ਜਾਏਗੀ, ਬਸਤੀ ਛੋੜ ਜਾਏਗੀ, ਬੇਰਾ ਦੇ ਕਾਤਲ ਨਾਲ।
ਤੂੰ ਮੁਸਲਮਾਨ ਏ ਮੈਂ ਸੈਯਦਾ ਕੁਰਾਨ ਰੱਖ ਮੇਰੇ ਸਰ ਸ਼ਾਗਰਦ ਏ 15 ਰਜਬ ਅਲੀ ਦੀ ਧੀ ਦੀ ਸ਼ਹਾਦਤ ਤੇ ਰੋਵੇਂ ਨਾ ਲਿਆ 12 ਮੁਹਰਮ ਆਈ ਡੀਗਰ ਦਾ ਟਾਈਮ ਆਈ ਕੂਫੇ ਦਾ ਦਰਵਾਜ਼ਾ ਆਈ 4 ਵਾਰੀ ਜ਼ੈਨਬ ਨੂੰ ਸ਼ਿਮਰ ਦੇ ਨਾਲ ਬੋਲਣਾ ਪੈ ਪਹਿਲੀ ਵਾਰੀ ਬੋਲ ਕੇ ਆਉਂਦੀਏ ਮੈਨੇ ਸਬਾਰ ਚੋ ਨਾ ਗੁਜ਼ਾਰ ਮੈਂ ਅਲੀ ਦੀਦੀ ਸ਼ਿਮਰਾਂ ਦਾ ਉਹ ਟੁਰ ਗਏ ਅੱਬਾਸ ਜਾਂਦੇ ਮਾਣ ਕਰਦੀਆਂ ਮੇਰੀ ਸੈਣਾ ਦੀ ਇੱਕ ਚਾਦਰ ਜਾ ਦਿਓ ਸ਼ਿਮਰਾਂ ਦਾ ਦੇਣੀ ਆਉਂਦੀ ਲੁੱਟਣੀ ਕਿਉਂ ਆਈ ਆਗਾ ਹੁਸੈਨ ਬੱਕਰ ਵਾਲੇ ਜ਼ਿਲ੍ਹਾ ਜੰਗ ਦਿਨ ਪਿਆ ਲਾਂਦਾ ਇਹੋ ਕੂਫੇ ਦਾ ਮਜ਼ਮੂਨ ਪੜਿਆ ਜੋ ਅਲੀ ਦੀ ਧੀ ਚਾਦਰ ਮੰਗੀ ਇੱਕ ਸਿਆਲ ਕੌਮ ਦਾ ਜ਼ਿਮੀਦਾਰ ਬੰਦਾ ਮਜਲਿਸ ਚੋਂ ਰੋਂਦਾ ਉੱਠਿਆ ਮੂੰਹ ਤੇ ਤਮਾਚੇ ਮਾਰ ਕੇ ਆਖਣ ਲਗਾ ਮੈਨ ਦਾ ਸੁਣਾ ਦਾ ਮਜ਼ਹਬ ਕੀ ਆਈ ਜਿਨ੍ਹਾਂ ਤੋਂ ਚਾਦਰ ਮੰਗਦੀ ਰਹੀ ਆਇਆ ਆਗਾ ਹੁਸੈਨ ਆਖਿਆ ਮੁਸਲਮਾਨ ਚਾਦਰ ਮਿਲ ਗਈ ਆਗਾ ਹੁਸੈਨ ਆਖਿਆ ਕੋਈ ਨਾ ਬਾਕੀ ਬੰਦੇ ਮਹਿਲਾ ਸੁਣਦੇ ਰਹੇ ਉਹ ਰੋਂਦਾ ਨਿਕਲ ਗਿਆ ਘਰੋਂ ਨਕਦੀ ਲੈ ਕੇ ਬਾਜ਼ਾਰ ਗਿਆ ਚਾਦਰਾਂ ਬਣਵਾਈਆਂ ਚਾਦਰਾਂ ਲੈ ਕੇ ਬਾਰਗਾਹ ਚ ਆਇਆ ਮਹਿਲਸ ਮੁੱਕ ਗਈ ਆਈ ਮੋਮਿਨ ਘਰਾਂ ਟੁਰ ਗਿਆ ਜਿਵੇਂ ਰਾਵੀ ਵਾਕਿਆ ਮੈਨ ਸੁਣਾਇਆ ਸਾਰੀ ਰਾਤ ਚਾਦਰਾਂ ਅਲਮ ਦੇ ਥੱਲੇ ਚ ਰੱਖੀਆਂ ਸਾਰੀ ਰਾਤ ਅਲਮ ਨੂੰ ਹੱਥ ਪਾ ਗਿਆ ਦਾ ਰਿਹਾ ਉਸ ਵੇਲੇ ਕਿੱਥੇ ਆਏ ਜਦੋਂ ਚਾਦਰਾਂ ਮੰਗਦੀ ਸੁਣੇ ਲੱਗਦੇ ਹੋ ਹੁਸੈਨ ਨੂੰ ਰੋਂਦੇ ਸ਼ਾਲਾ ਸਵਾਏ ਗਮ ਦੇ ਕਿਸੇ ਗਮੇ ਚ ਨਾ ਰੋਵੋ ਦੂਸਰੇ ਦਿਨ ਮਹਿਲਾ ਸ਼ੁਰੂ ਹੋਈ ਆਗਾ ਹੁਸੈਨ ਮਹਿਲਾ ਪੜ੍ਹਨ ਲੱਗਾ ਉਹ ਮੋਮਿਨ ਅਲਮ ਦੇ ਥੱਲੇ ਰੋਂਦਾ ਉੱਠਿਆ ਆਂਦਾ ਆਗਾ ਸ਼ਾਹ ਤੂੰ ਕੱਲ ਪੜਿਆ ਆਈ ਜੋ ਅਲੀ ਦੀ ਧੀ ਚਾਦਰ ਮੰਗੀ ਇੱਕ ਵਾਰੀ ਅਲੀ ਦੀ ਧੀ ਨਾ ਚਾਦਰ ਮੰਗੇ ਮੈਂ ਚਾਦਰਾਂ ਬਣਵਾ ਲਿਆ ਆਗਾ ਹੁਸੈਨ ਗੱਲ ਆ ਗਿਆ ਨੇ ਭਾਵੇਂ ਜਿਤਰੀਆਂ ਬਣਵਾ ਲਿਆ ਜ਼ੈਨਬ ਨੰਗੇ ਸਰਬਾਜ਼ਾ ਉੱਨੀ ਦਿਨ ਕੂਫੇ ਦੀਆਂ ਗਲੀਆਂ ਫਿਰ ਆਇਆ ਇੱਕ ਗਲੀ ਦਾ ਮੋੜ ਆਇਆ ਮੇਰੀ ਸੈਣ ਦੇ ਕਦਮ ਰੁਕ ਗਏ ਸ਼ਿਮਰਾਂ ਦਾ ਸੱਜਾ ਫੁੱਪੀ ਨਾ ਇੱਕੋ ਗਲੀ ਰਹਿ ਗਈ ਸੈਦਾਂ ਦਾ ਫੁੱਫੀ ਟੋਲ ਰੋਗਿਆਂ ਦੀ ਇਹ ਬਾਕਰ ਦੀ ਜ਼ਿੰਦਗੀ ਉਹ ਵੀ ਕੋਈ ਵਸ ਲੱਗਦਾ ਹੀ ਤਲਾ ਮੈਨ ਇਸ ਗਲੀ ਚੋ ਬਜਾ ਉਹ ਆਮ ਗਲੀਆਂ ਨੇ ਮੇਰੀ ਬੇਕੀ ਗਲੀ ਸ਼ਿਮਰ ਸੱਜਾਦ ਦੀ ਕੰਨ ਦੇ ਤਾਜ਼ੀਆਂ ਨੇ ਮਾਰੇ ਸ਼ੀਆਂ ਜਦਨ ਸੱਜਾਦ ਦੀ ਕੰਨ ਦਾ ਖੂਨ ਕੂਫੇ ਦੀ ਗਲੀ ਏ ਜਣੇ ਹੈ ਜਨਾਬੇ ਫਾਤਮਾ ਕੁਬਰਾ ਬਾਬੇ ਦੀ ਸਾਂਗ ਥੱਲੇ ਗਈ ਹੈ ਸਾਂਗ ਨੂੰ ਹੱਥ ਪਾ ਗਿਆ ਦੀ ਹੈ ਬਾਬਾ ਭੈਣ ਤੇਰੀ ਨਹੀਂ ਟੁਰਦੀ ਮੇਰਾ ਇੱਕੋ ਬਿਰਾ ਤਸੇ ਲਾਭ ਹੁਸੈਨ ਦੇ ਅੱਲੇ ਫਰਮਾਇਆ ਨਾ ਯਾ ਟੁਰਨਾ ਤੇ ਮਦੀਨਿਓ ਕਿਉਂ ਆਈਆਂ ਵੱਡਿਆਂ ਹੱਥਾਂ ਨਾਲ ਆ ਦੀ ਹੈ ਨਾ ਆਖਰੀ ਜੁਮਲਾ ਜਦੋਂ ਗਲੀ ਏ ਦਾਖਲ ਹੋਏ ਇਸੇ ਗਲੀ ਚ ਹਬੀਬ ਇਬਨੇ ਮਜ਼ਾਹਿਰ ਦਾ ਘਰ ਹੈ ਹਬੀਬ ਦਾ ਪੁੱਤਰ ਬਾਜ਼ਾਰ ਜੋ ਖਲੋਤਾ ਹੈ ਕੋਈ ਨਹੀਂ ਪਤਾ ਕੌਣ ਮਾਰਿਆ ਗਿਆ ਜਦੋਂ ਹਬੀਬ ਦੇ ਪੁੱਤਰ ਦੀ ਨਜ਼ਰ ਪਿਓ ਦੇ ਸਰ ਤੇ ਪਈ ਹੈ ਕੋਲਾ ਕਹਿੰਦਾ ਬਾਬਾ ਤੂੰ ਤੇ ਆਖਿਆ ਹੀ ਮੈਂ ਮੁਰਸ਼ਦ ਦੀ ਜ਼ਿਆਰਤ ਨੂੰ ਚੱਲਿਆ ਬਾਬਾ ਕੀ ਬਣਿਆ ਹਬੀਬ ਦੇ ਗੱਲ ਜੋ ਆਵਾਜ਼ ਆਈ ਗੱਲਾਂ ਨਾ ਕਰ ਭਜਦਾ ਜਾ ਮਾਨ ਬਾਜ਼ਾਰ ਲਾਇਆ
ਬੱਚਾ ਘਰ ਪੈਂਦਾ ਗਿਆ ਜਾ ਕੇ ਆਂਦਾ ਅੰਮਾ ਲੁੱਟ ਪੈ ਗਈ ਬਾਬਾ ਮਾਰਿਆ ਗਿਆ। ਮੈਂ ਬਾਬੇ ਦਾ ਸਰ ਸਾਂਗ ਤੇ ਵੇਖ ਆਇਆ ਬਾਬਾ ਪਿਆਂ ਦਾ ਅੰਮਨ ਬਾਜ਼ਾਰ ਲਾਇਆ ਇਹ ਆਦੀ ਇਹ ਖਲੋ ਮੈਂ ਬੁਰਕਾ ਪਾਣੀ ਜਦਨ ਬੁਰਕੇ ਦਾ ਨਾਮ ਆਇਆ ਹਬੀਬ ਦਾ ਪੁੱਤਰ ਮੂੰਹ ਤੇ ਪਿਟ ਕੇ ਆਂਦਾ ਹੈ ਹੁਣ ਲੰਘ ਗਏ ਮੌਸਮ ਬੁਰਕਿਆਂ ਦੇ ਤੇ ਖੜੀ ਜ਼ੈਨਬ ਬਾਜਰਦਾ ਏ ਪਰਦਿਆਂ ਵਾਲੀਆਂ ਭੈਣੀ ਦੇ ਕੁਸ ਗਏ ਨੀ ਚਰੀ ਅਲਾ